ਹਾਂਜੀ, ਕੀ ਹਾਲ ਚਾਲ ਆ ਪ੍ਰਧਾਨ ਸਾਰਿਆਂ ਦਾ? ਲਓ ਜੀ, ਗੁੱਡ ਮੋਰਨਿੰਗ ਅਤੇ ਸਤਿ ਸ਼੍ਰੀ ਅਕਾਲ ਜੀ। ਅੱਜ ਥੋੜ੍ਹੀ ਜਿਹੀ ਹਲਕੀ ਲੱਗਣੀ ਗੁੱਡ ਮੋਰਨਿੰਗ ਤੁਹਾਨੂੰ, ਕਿਉਂਕਿ ਉਹ ਦਿਨ ਆ ਗਿਆ ਅੱਜ ਦਾ। ਸੋ ਅੱਜ ਦਾ ਇੰਨਾ ਕੁ ਜ਼ਿਆਦਾ ਇਮੋਸ਼ਨਲ ਡੇ ਆ, ਸਾਰੇ ਹੀ ਰੋ ਹਟੇ ਆ। ਕਿਰਨ ਤਾਂ ਵਿਚਾਰੀ ਕੱਲ੍ਹ ਦੀ 4-5 ਵਾਰ ਰੋ ਹਟੀ ਆ, ਅਤੇ ਡੈਡੀ ਵੀ ਰੋ ਹਟੇ ਵਿਚਾਰੇ, ਮੰਮੀ ਸਾਰੇ ਹੀ ਰੋ ਹਟੇ ਆ। ਸੋ ਤੁਹਾਨੂੰ ਪਤਾ ਹੀ ਆ, ਬਾਕੀ ਕੀ ਕਰ ਸਕਦੇ ਹਾਂ, ਜਾਣਾ ਹੀ ਪੈਂਦਾ ਭਾਈ। ਪਹਿਲਾਂ ਤਾਂ ਚਲੋ ਹਾਸੇ ਮਜ਼ਾਕ 'ਚ ਖੇਡੀ ਜਾਂਦੇ ਸੀ, ਘੁੰਮੀ ਜਾਂਦੇ ਸੀ, ਇੰਨੇ ਦਿਨ ਪਏ, ਇੰਨੇ ਦਿਨ ਪਏ ਆ। ਸੋ ਹੁਣ ਦਿਨ ਖਤਮ ਹੋ ਗਏ, ਤਾਂ ਪਤਾ ਹੀ ਨਹੀਂ ਲੱਗਿਆ ਅੱਜ ਕੀ ਬਣਿਆ। ਅਤੇ ਹੁਣ ਅਸੀਂ ਚੱਲੇ ਹੈਗੇ ਹਾਂ, ਆਪਾਂ ਘਰੋਂ ਤੁਰਨਾ ਹੈਗਾ 12 ਵਜੇ। 12 ਵਜੇ ਕਹਿੰਦੇ, ਮਤਲਬ 1 ਵਜੇ ਤੁਰਨਾ, ਮੈਂ ਘੰਟਾ ਪਹਿਲਾਂ ਹੀ ਕਿਹਾ ਆ, ਕਿਉਂਕਿ ਤੁਹਾਨੂੰ ਪਤਾ ਆਪਣਾ, ਜੇ ਆਪਾਂ ਪੂਰੇ ਟਾਈਮ 'ਤੇ ਕਹੀਏ ਫਿਰ ਆਪਾਂ ਪੂਰੇ 'ਤੇ ਤਿਆਰ ਹੋਈ ਦਾ ਆ, ਉਹਦੇ ਕਰਕੇ ਫਿਰ ਆਪਾਂ ਇੱਦਾਂ ਕੀ ਪੈਦ ਗਈ ਵੀ ਘੰਟਾ ਪਹਿਲੇ ਗਏ ਤਾਂ। ਸੋ ਗੱਡੀ ਵਾਲੇ ਨੇ ਵੀ 12 ਵਜੇ ਆ ਜਾਣਾ ਆ, ਅਤੇ 12 ਵਜੇ ਨੂੰ ਤੁਰਾਂਗੇ, ਠੀਕ ਹੈ। ਅਤੇ ਉਸ ਤੋਂ ਬਾਅਦ ਵਿੱਚ ਫਿਰ ਦੇਖਦੇ ਕਿੰਨੇ ਵਜੇ ਪਹੁੰਚਦੇ, ਕਿਉਂਕਿ ਰਸ਼ ਬਹੁਤ ਹੁੰਦਾ ਅੰਬਾਲੇ ਦੇ ਕੋਲ ਜਾ ਕੇ ਦਿੱਲੀ ਜਾਣਾ। ਚਲੋ ਬਾਕੀ ਬਾਬਾ ਸੁੱਖ ਰੱਖੇ, ਦੇਖਦੇ ਕੀ ਬਣਦਾ। ਹਏ, ਮੈਨੂੰ ਛੱਡਣ ਜਾਣਾ, ਛੱਡ ਕੇ ਨਹੀਂ ਮੁੜਨਾ ਕਿੱਦਾਂ, ਇਹ ਹੀ ਪਤਾ। ਹਾਂਜੀ, ਉਦਣ ਦੇ ਕਹੀ ਜਾਂਦੇ ਚੱਲ ਜਾਣਾ, ਚੱਲ ਜਾਣਾ, ਕਿੱਦਾਂ ਅੱਜ ਕੀ ਹੋਇਆ ਮੂੰਹ ਨੂੰ, ਕਿੰਨੀ ਵਾਰ ਰੋ ਲਈ ਹੈ? ਨਹੀਂ ਕੀ ਹੁਣ ਰੋਈ ਜਾਂਦੇ, ਰੋਈ ਜਾਂਦੇ, ਉਹ ਤਾਂ ਕਹਿੰਦੇ ਚੱਲ ਜਾ ਚੱਲ ਜਾ ਛੇਤੀ ਛੇਤੀ, ਕੀ ਕਰਨਾ ਇਹਨੂੰ? ਚਲੋ ਅੱਜ ਮੱਥਾ ਟੇਕਣ ਚੱਲੇ ਆ। ਕਿੱਦਾਂ, ਠੀਕ ਆ? ਓਕੇ ਰਿਪੋਰਟ, ਚਲੋ ਮੰਮੀ ਠੀਕ ਆ, ਚੰਗਾ ਆ ਗਿਆ ਮੱਥਾ ਟੇਕ ਕੇ। ਅਤੇ ਫਿਰ ਮੱਥਾ ਟੇਕ ਕੇ ਜਾਣਾ ਹੈਗਾ ਸ਼ਹਿਰ ਨੂੰ, ਇੱਕ ਵਾਰੀ ਕੰਮ ਹੈਗਾ ਪਹਿਲਾਂ ਉੱਥੋਂ, ਅਤੇ ਸ਼ਹਿਰ ਨੂੰ ਤਾਂ ਜਾਣਾ ਕਿਉਂਕਿ ਆਪਾਂ ਡੋਲਰ ਜਿਹਾ ਚੇਂਜ ਕਰਾਇਆ ਵਾ, ਅਤੇ ਉਹ ਵੀ ਚੱਕਣੇ ਆ ਵੀ ਆਹ ਦੇਖੋ ਬੈਗ ਵੀ ਲੈ ਜਾਂਦਾ ਕੱਲ੍ਹ ਗੁੱਚੀ, ਅਤੇ ਅਸੀਂ ਡੋਲਰ ਜਿਹੜੇ ਚੇਂਜ ਕਰਾਏ ਉਹ ਲੈ ਕੇ ਜਾਣੇ ਆ, ਅਤੇ ਬਾਕੀ ਜਦੋਂ ਅਕਾਊਂਟ ਅਕੂਟ 'ਚ ਪੈਸੇ ਦਿੰਦੇ, ਬਾਕੀ ਥੋੜ੍ਹੇ ਬਹੁਤ ਲੈ ਕੇ ਜਾਣੇ ਨਾਲ ਉਹ ਫੜਨੇ ਆ, ਅਤੇ ਇੱਕ ਕੰਮ ਹੋਰ ਆ ਸ਼ਹਿਰ, ਉਹ ਪਹਿਲਾਂ ਸਾਰੇ ਕਰਕੇ ਜਾਣੇ ਆ। ਚਲੋ ਬਈ, ਚਲੀਏ ਮੱਥਾ ਟੇਕਣ। ਕੀ ਹੋਇਆ, ਅੱਖਾਂ ਹੀ ਸਜਾ ਲਈਆਂ, ਰੋਈ ਜਾਂਦੀ ਇਹ ਤਾਂ, ਪਾਗਲ ਹੋ ਗਈ ਕਿਰਨ ਪਾਗਲ। ਚਲੋ ਮੈਂ ਹੀ ਨਹੀਂ ਕਰੋਇਆ ਹਜੇ ਤੱਕ, ਹੈਨਾ, ਕਦੋਂ ਰੋਇਆ ਸੀ? ਸਵੇਰੇ ਵੀ, ਮਤਲਬ ਉਹ ਮੈਂ ਨਹੀਂ ਰੋਣਾ ਰੋਣਾ ਹੁੰਦਾ, ਅਸੀਂ ਨਹੀਂ ਰੋਈ ਦਾ ਘੱਟਾ ਹੀ, ਹੈਨਾ, ਔਖਾ। ਚਲੋ ਚਲੀਏ, ਆਉਣੇ ਮੱਥਾ ਟੇਕ ਕੇ, ਮੰਮੀ ਵੀ ਖੜੀ ਆ। ਪਹਿਲਾਂ ਹਟੇ ਨਹੀਂ, ਪਹਿਲਾਂ ਕਹਿੰਦੇ ਚੱਲ ਜਾ ਚੱਲ ਜਾ, ਹੁਣ ਰੋਈ ਜਾਂਦੇ ਆ, ਪਤਾ ਹੀ ਲੱਗਦਾ ਕੀ ਕਰਦੇ ਆ। ਉੱਧਰ ਕਪਤਾਨ ਸਾਈਡ ਹੋਇਆ, ਉਹ ਦੇਖੋ ਬੈਠਾ, ਘੁੰਮਿਆ ਵੀ ਚੰਗੀ ਤਰ੍ਹਾਂ, ਮੈਂ ਘੁਮਾਉਣ ਲੈ ਕੇ ਗਿਆ ਸਾਈਡ, ਜੋ ਘੁੰਮੀ ਗਏ ਪਹਿਲੇ ਪਤਾ ਲੱਗ ਗਿਆ ਸਾਰਾ ਕੁਛ, ਇੱਦਾਂ ਘੁੰਮੇ ਵੀ ਜਿੱਦਾਂ ਪਤਾ ਨਹੀਂ, ਉੱਦਾਂ ਮੈਂ ਧੱਕੇ ਨਾਲ ਲੈ ਕੇ ਆਇਆ ਹੁੰਦਾ, ਖਿੱਚ ਖਿੱਚ ਕੇ ਮੈਂ ਘੁੰਮਾਇਆ, ਮੈਂ ਆ ਜਾ ਹੁਣ ਤੁਰਿਆ ਕਿਰਨ, ਇਹਨੂੰ ਨੱਠਾ ਜਾਂਦਾ ਹੁੰਦਾ, ਮੈਂ ਖਿੱਚ ਖਿੱਚ ਕੇ ਲੈ ਗਿਆ ਘੁੰਮਾਉਣ, ਮੈਂ ਕਿਹਾ ਆ ਜਾ ਹੁਣ ਤੁਰ ਪਾ, ਘਰ ਨੂੰ ਨਹੀਂ ਜਾਣਾ, ਘਰ ਨੂੰ ਤੁਰ ਪਿਆ ਸਿੱਧਾ ਗੱਬੇ ਰਸਤੇ 'ਚ ਮੁੜ ਗਿਆ, ਨਹੀਂ ਤਾਂ ਕਦੇ ਵੀ ਨਹੀਂ ਮੁੜਦਾ, ਇਹਨੇ ਜਿੱਥੇ ਤੁਰ ਤੱਕ ਜਾ ਕੇ ਉਹਨੂੰ ਉੱਥੇ ਜਾ ਕੇ ਆਉਣਾ ਹੁੰਦਾ ਹੈ। ਚਲੋ ਚੱਲੀਏ, ਗੱਡੀ ਬਾਰੇ ਲਾਤੀ, ਇਹ ਖੇਤਾਂ ਕੋਲ ਸਾਡੇ ਜਗ੍ਹਾ ਆ, ਉਹਦੇ ਕਰਕੇ ਇੱਥੇ ਵੀ ਕਹਿੰਦੇ ਰਹੇ ਡੈਡੀ ਨੇ ਬਹੁਤ ਵਾਰੀ ਕਿਹਾ। ਸੋ ਪਹਿਲਾਂ ਇੱਥੇ ਮੱਥਾ ਟੇਕਣਾ ਹੈ, 3 ਥਾਂ 'ਤੇ ਆਪਾਂ ਮੱਥਾ ਟੇਕਣ ਜਾਣਾ ਜੀ। ਕੌਣ ਕਿੱਥੇ ਆਏ ਆਪਾਂ? ਇਹ ਵੀ ਆਪਣੇ ਪਿੰਡ ਹੀ ਆ ਜਗ੍ਹਾ 'ਤੇ, ਹੁਣ ਆਪਾਂ ਇੱਥੇ ਮੱਥਾ ਟੇਕਣਾ। ਜਿਹੜੇ ਸਾਡੇ ਆਂਟੀ ਹੈ ਨਾ, ਅਤੇ ਸਾਡੇ ਨਾਲ ਬਹੁਤ ਪਿਆਰ ਆ ਉਹਨਾਂ ਦਾ, ਮਤਲਬ ਘਰ ਵਾਂਗੂ ਹੀ ਆ ਜਿੱਦਾਂ, ਅਤੇ ਮੇਰੇ ਨਾਲ ਵੀ, ਮੇਰੇ ਨਾਲ ਪਹਿਲਾਂ
ਮੈਨੂੰ ਵੀ ਰਵਾਤਾ ਤੇ ਉਹਨਾਂ ਨਾਲ ਪਾਏ ਸੀ ਇੱਥੇ ਪਹਿਲਾਂ ਇੱਕ ਵਾਰ ਮੱਥਾ ਟੇਕਣ। ਨਹੀਂ ਮੈਂ ਛੋਟਾ ਹੁੰਦਾ ਆਉਂਦਾ ਮੇਲਾ ਦੇਖਣ ਤੇ ਹਾਂ ਮੈਂ ਪਹਿਲੀ ਵਾਰ ਉਹਨਾਂ ਨਾਲ ਆਈ ਸੀਗੀ ਆਪਾਂ ਦੋਨੇ ਇਕੱਠੇ ਉਦੋਂ ਆਏ ਸੀ ਤੇ ਉਹਦੇ ਬਾਅਦ ਚੋਂ ਉਹਨਾਂ ਨੇ ਇੱਥੇ ਸੁੱਖਿਆ ਵੀ ਸੀਗਾ। ਮੈਂ ਕਿਹਾ ਚੱਲ ਆਪਾਂ ਵੀ ਮੱਥਾ ਟੇਕ ਲੈਂਦੇ ਨਾਲ ਹੀ ਤੇ ਫਿਰ ਉੱਧਰ ਵੀ ਟੇਕ ਲਿਆ। ਇਸ ਤੋਂ ਬਾਅਦ ਆਪਾਂ ਗੁਰਦੁਆਰਾ ਸਾਹਿਬ ਜਾਣਾ। ਬਸ ਚੱਲੀਏ ਅਸੀਂ ਪਿੰਡ ਵਾਲੇ ਗੁਰਦੁਆਰੇ ਆ ਗਿਆ ਤੇ ਮੱਥਾ ਟੇਕ ਕੇ ਬਸ ਹੁਣ ਘਰ ਚੱਲੀਏ। ਲਓ ਵੀ ਟਾਈਮ ਹੋ ਗਿਆ 9:30। ਆ ਦੇਖੋ ਇੱਧਰ ਇਹਦੇ ਪਿੱਛੇ ਬੰਦਾ ਇੰਨਾ ਕੁਛ ਕਰਦਾ ਨਾ। ਇਹ 5 ਆ, ਇਹਦਾ ਆਪਾਂ ਡਾਲਰ ਬਣਾਉਣੇ ਆ ਤੇ ਕਿ ਬਾਬਾ ਸੁੱਖ ਰੱਖੇ। ਡਾਲਰ ਮਤਲਬ ਬਣਾਇਆ ਹੋਈ ਆਪਾਂ, ਮੈਂ ਬਸ ਫੜਾਉਣੇ ਆ ਭਾਜੀ ਨੂੰ ਤੇ ਫੜਨੇ ਆ ਤੇ ਹੁਣ ਸ਼ਹਿਰ ਜਾਇਆ ਜੀ। ਸ਼ਹਿਰ ਕੰਮ ਉਹ ਹੈ, ਇੱਕ ਮੈਂ ਮਿਲਣਾ ਕਿਸੇ ਨੂੰ ਖਾਸ ਤੇ ਉੱਥੇ ਮਿਲ ਕੇ ਆ ਕੇ ਫਿਰ ਚੱਲਦੇ ਹਾਂ। ਤੇ ਟਾਈਮ 12:30 ਗੱਡੀ ਆ ਜਾਣੀ ਆ ਪੂਰੀ, ਕਹਿੰਦੇ 12:30 ਆ ਜਾਣੀ ਗੱਡੀ ਮੈਨੂੰ ਲੈਣੇ ਵਾਲੀ। ਕਿਰਨ ਹੁਣੀ ਘਰੇ ਜਾਣੇ, ਨਹੀਂ ਜਾਣਾ ਨਹੀਂ ਛੱਡਣ ਹਨਾ ਕਹਿਣ। ਕਿਰਨ ਨਾ ਜਾਊਗੀ, ਕਿਰਨ ਤਾਂ ਸ਼ਹਿਰ ਤੱਕ ਵਿੱਚ ਨਾਲ ਚੱਲੀਏ ਕੰਮ ਇੰਨੇ ਨੂੰ ਵੀ, ਕਹਿੰਦੀ ਮੈਂ ਤਾਂ ਨਾਲੇ ਹੀ ਜਾਣਾ, ਮੈਂ ਤਾਂ ਜਾਣਾ ਹੀ ਆ। ਆਖਰੀ ਵਾਰੀ ਕੀ ਮੁੜ ਕੇ ਬਾਹਰ ਆ ਕੇ ਜਾਣਾ। ਚਲੋ ਮੰਮੀ ਠੀਕ ਆ, ਚੰਗਾ ਬਾਏ, ਆ ਗਏ ਇੱਦੀ ਹੈ ਠੀਕ ਆ। ਸਹੀ ਗੱਲ ਆ, ਬਾਕੀ ਪਾਣੀ ਡੇ ਉੱਪਰ, ਇੰਨਾ ਪਾਣੀ ਸੀ ਗੱਡੀ ਦੇ ਉੱਪਰ ਮੈਨੂੰ ਲੱਗਦਾ। ਚਲੋ ਚੱਲੀਏ। ਆਹ ਮੁੰਡੇ ਨੇ ਵੀ ਰਾਤੀ ਸਮੁੰਦਰ ਭਰਦੇ ਰੋ ਰੋ ਕੇ, ਹੁਣ ਰੋ ਕੇ ਦਿਖਾ ਮੈਂ ਦੇਖਾਂ ਤੂੰ ਕਿੱਦਾਂ ਦਾ ਲੱਗਦਾ ਰੋਂਦਾ। ਚਲੋ ਚੱਲ ਚਾਹ ਪੀ ਲਈ, ਬਰਫੀ ਚਾਹ ਪੀਣ ਲੱਗਾ। ਕੇਕ ਫੇਰ ਲੈ ਕੇ ਆ ਗਿਆ ਤੂੰ? ਅੱਛਾ ਸੱਚ ਤੂੰ ਕੇਕ ਲਿਆਉਣਾ ਸੀ ਰਾਤੀ ਹੈ। ਚਲੋ ਤਿਆਰ ਹੋਈਏ ਹੁਣ ਫਿਰ ਮੁੜ ਕੇ। You are going away, that's really hard to hear. You are the most popular in my life. I really will miss you so much. Thank you so much. Miss you too. Chalo. Rona noona nahi hoga. Haan, ye gaddi jo lagani hai jandi jandi. Aur cover me dikha cover. ਕਿੰਨੇ ਪੈਸੇ ਬਸ ਜਾਂਦੇ ਬਲੌਕ ਕਰ ਦੇਣੇ ਸਾਰੇ ਜਿੰਨੇ ਚ ਬੈਠੇ ਆ ਸਾਰੇ ਬਲੌਕ ਕਰ ਦੇ ਜਾ ਕੇ। ਕੋਈ ਨਹੀਂ ਇਹ ਕਿੰਨੇ ਟਾਈਮ ਚੱਲਣੀ ਹੈ, ਉਹ ਮੌਕੇ ਅਨਬਲੌਕ ਕਰ ਦਾਂਗੇ। ਨਹੀਂ ਬੱਬੂ ਜਿੱਦਣ ਲੱਗਿਆ ਵੀ ਦੁੱਖ ਸੁਣਿਆ ਗਿਆ ਉਦੋਂ ਨੂੰ ਅਨਬਲੌਕ ਕਰਕੇ ਫਿਰ ਮੈਸੇਜ ਕਰਨਾ ਹੈਲੋ, ਮੇਰਾ ਫੋਨ ਗੁੰਮ ਹੋ ਗਿਆ ਸੀ। ਪਾਸਵਰਡ ਫਾਈਲ ਚ ਆ ਟੁੜਾ ਇਹਨੂੰ ਅਮਰੀਕਾ ਦਾ। ਵਾਹ ਤੁਸੀਂ ਚਾਵਲ ਜਾਂਦੇ ਹੋ ਨਾ ਕਵੇ ਮੂੰਹ ਤੇ। ਅੱਬਾ ਸੁੱਕਾ
ਕੱਚਾ ਸੀ ਕੱਲ ਕੱਲ ਪਰਸੋਂ ਕੱਚਾ ਸੀ ਬਿਲਕੁਲ ਸ਼ੂਗਰ ਵੀ 100 ਘੱਟ ਗਈ ਆ ਪਰਸੋਂ ਦੀ ਸ਼ੂਗਰ ਵੀ 100 ਦੋ ਰੋਟੀਆਂ ਕੱਲ ਖਾਧੀਆਂ ਸੀ ਮੇਰੇ ਆਟਾ ਵੀ ਮੈਂ ਲਿਆ ਜਿਹੜਾ ਵਧੀਆ 80-90 ਰੁਪਏ ਕਿਲੋ ਆਟਾ ਮਿੱਠਾ ਤਾਂ ਬਿਲਕੁਲ ਬੰਦ ਮਿੱਠਾ ਤਾਂ ਬੰਦ ਕਰ ਮਿੱਠੇ ਨਾਲ ਰੋਟੀਆਂ ਰੋਟੀਆਂ ਨਾਲ ਜੋ ਪਤਾ ਕੀ ਅਸੀਂ ਕਰ ਰਹੇ ਹਾਂ ਹੋਰ ਚੀਜ਼ਾਂ ਵੀ ਲੈ ਲਓ ਨਾਲ ਹੈਪੀ ਬਰਥਡੇ ਕਹਿੰਦੇ ਪਵਨ ਕੈਨੇਡੀਅਨ .com ਲਿਖਿਆ ਦੋਤਾ ਤੇਰਾ ਬਾਹਰ ਨੂੰ ਚੱਲਾ ਕੈਨੇਡਾ ਤੁਸੀਂ ਜਾ ਰਹੇ ਹੋ
ਨਾਲੇ ਕੰਮ ਕਰ ਲਵੇ ਮੇਰਾ ਤੰਨਾ ਵੀ ਥੋੜਾ ਜਮਾਨਾ ਲਓ ਜੀ ਥੈਂਕ ਯੂ ਬੇਟੀ ਪਲੇਟਾਂ ਦੂਜੀਆਂ ਨੇ ਹੋਰ ਰੀਲ ਬਣਾਉਣੀ ਸੀ ਸੂਟ ਲਿਪੜ ਕੇ ਹੈਲੋ ਉਹ ਚਮਚੇ ਜਿਹੜੇ ਉਹ ਪਲੇਟ ਜਿਹੜੀ ਆ ਮੈਂ ਉਹਦਾ ਵਿੱਚ ਚਮਚੇ ਕੱਢ ਕੇ ਦੇ ਅੰਦਰ ਚਮਚੇ ਕਰਕੇ ਦੇ ਉਹ ਪਲੇਟ ਤੁਸੀਂ ਲੈ ਜਾ ਹੈਲੋ ਉਹ ਪਲੇਟ ਲੈ ਜਾ ਉਹ ਬਰਗਰ ਪਾਲ ਨੂੰ ਪਾ ਲਾਂਗੇ ਚਮਚੇ ਤੋਂ ਬਲਾ ਉੱਤਰ ਜਾ ਕੇ ਬਾਕੀ ਵਿੱਚ ਰਹਿਣ ਦੇ ਜਿਹੜੇ ਉੱਤਰ ਲਗਾ ਲਵਾਂਗੇ ਪਾਲ ਨੂੰ ਹੁਣੇ ਛੱਡ ਗੰਦਲ ਲੈ ਹਾਂ ਉਹ ਐਨੀ ਕਿ ਸੰਗਲੀ ਘੁਮਾ ਘੁਮਾ ਕੇ ਕਰਦੇ ਕਰਦੇ ਵਾਰਡ ਪਾ ਪਾ ਉਹ ਹੁਣੇ ਪਤਾ ਲੱਗ ਗਿਆ ਕਰਦਾ ਹੀ ਮਸਲਾ ਦਾ ਆਉਂਦਾ ਹੈ ਕੱਲ੍ਹ ਲਿਆ ਕੋਈ ਨਹੀਂ
ਬੈਠੋ ਤੁਸੀਂ ਆ ਜਾਓ, ਕੱਲ ਨੂੰ ਗੱਲਾਂ ਕਰਦੀਆਂ, ਬੈਠੋ ਆ ਜਾਓ, ਤੁਸੀਂ ਆ ਜਾਓ, ਬੈਠੋ ਬੈਠੋ, ਲੇਟ ਨਾ ਹੋਵੇ, ਬੈਠੋ ਬੈਠੋ, ਨਹੀਂ ਬੈਠੋ ਕੋਈ ਨਾ, ਚੰਗਾ ਬਹਿ ਜਾਓ ਵਿੱਚ ਬੈਠੋ ਫਿਰ ਵੇਲਾ।
ਬੈਠੋ ਮਗਰ ਕੋਈ ਨੀ ਜਿਹਨੇ ਮਜ਼ੇ ਦਿਮਾਗੀ ਬੈਠੋ ਬੈਠੋ ਆਹ ਤਿੰਨ ਜਾਣੇ ਇੱਥੇ ਬੈਠ ਜਾਣੇ ਆਰਾਮ ਨਾਲ ਛੇ ਸੱਤ ਬੰਦੇ ਬਹਿ ਜਾਂਦੇ ਚਲੋ ਬੈਠੋ ਬੈਠੋ ਭਾਜੀ ਠੀਕ ਹੈ ਆਪਣਾ ਹੌਲੀ ਜਾਣਾ ਬਸ ਟੈਨਸ਼ਨ ਲਈ ਰੋਟੀ ਫੋਨ ਕਰੀ ਜਾਣਾ ਬਸ ਠੀਕ ਹੈ ਫਿਕਰ ਨਹੀਂ ਕਰਨਾ ਟੈਨਸ਼ਨ ਲੈ ਰੱਖੀ ਓਕੇ ਬੈਠੋ ਬਾਬੂ ਭਾਜੀ ਓਕੇ ਤਾਂ ਲਗਾ ਤੂੰ ਮੈਂ ਮੋੜ ਤੋਂ ਮੈਂ ਕਰ ਕਿ ਮੈਂ ਧੜਕ ਹੋ ਗਿਆ ਦੇ ਤੰਬਰ ਬੈਲ ਬੜਾ ਕਰ ਲੋ ਠੀਕ ਹੈ ਠੀਕ ਹੈ ਤੂੰ ਪੀਸ ਓਏ ਮਾਮਾ ਜੀ ਤੇਰੇ ਕੋਲ ਆ ਜਾਣਾ ਉੱਤੇ ਹੋ ਜੀ ਠੀਕ ਹੈ ਤੂੰ ਮੇਰਾ ਤੂੰ ਚੰਗਾ ਵੀ ਕਦੀ ਠੀਕ ਹੈ ਚਾਹ ਲਿਖੇ ਹੋਏ ਠੀਕ ਹੈ ਵੀਰ ਠੀਕ ਚੰਗਾ ਵੀ ਕੁਛ ਬਾਏ ਚਲੋ ਚੰਗਾ ਜੀ ਬੈਠ ਮੇਰਾ ਬਣਾਓ ਓਕੇ ਬੈਠ ਹਾਂ ਮਾਰਾ ਸਫਰ ਕੀ ਹਾਂ